ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੀ ਬਹੁਤ ਟਾਈਮ ਤੋਂ ਪਹਿਲਾਂ ਦੁਕਾਨ ਚੱਲ ਰਹੀ ਹੈ ਜੀ, ਅਤੇ ਜਿਨ੍ਹਾਂ ਸਾਥੀਆਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂਗੇ ਕਿ ਜਿਹੜਾ ਕੁੱਲਰੀਆਂ ਤੋਂ ਬਰੇਟਾ ਰੋਡ ਹੈਗਾ, ਪਹਿਲਾਂ ਮੋਦੀ ਦਾ ਪੁਰਾਣਾ ਪੰਪ ਹੁੰਦਾ ਸੀਗਾ ਉਹਦੇ ਬਿਲਕੁਲ ਇਨ ਫਰੰਟ ਸਾਹਮਣੇ ਆਪਣੀ ਦੁਕਾਨ ਹੈ ਜੀ ਕੁਲਦੀਪ ਗਰੇਵਾਲ। ਜਿਸਨੇ ਵੀ ਟਰੈਕਟਰ ਦੇ ਉੱਤੇ ਜਿਸ ਤਰ੍ਹਾਂ ਦਾ ਵੀ ਡੈੱਕ ਲਗਵਾਉਣਾ ਹੈਗਾ, ਮਹਿੰਗੇ ਤੋਂ ਮਹਿੰਗਾ, ਸਸਤੇ ਤੋਂ ਸਸਤਾ, ਅਤੇ ਰੇਟ ਬਿਲਕੁਲ ਵਾਜਬ ਨੇ ਜੀ, ਰੇਟ ਪਤਾ ਕਰਕੇ ਫਿਰ ਉਸ ਤੋਂ ਬਾਅਦ ਲਗਵਾ ਸਕਦੇ ਹੋ। ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ। ਅਤੇ ਦੁਕਾਨਦਾਰ ਜਿਹੜੇ ਭਰਾ ਨੇ ਉਹਨਾਂ ਵਾਸਤੇ ਖੁਸ਼ਖਬਰੀ ਦੀ ਗੱਲ ਹੈ ਕਿ ਜਿਸਨੇ ਥੋਕ 'ਤੇ ਮਾਲ ਲੈਣਾ ਹੈਗਾ, ਥੋਕ 'ਤੇ ਮਾਲ ਵੀ ਇੱਥੋਂ ਆ ਕੇ ਲੈ ਸਕਦਾ ਜੀ, ਵਾਜਬ ਰੇਟ ਨੇ ਬਿਲਕੁਲ। ਅਤੇ ਜਿਸਨੇ ਰਿਟੇਲ ਦੇ ਵਿੱਚ ਲੈਣਾ ਹੈਗਾ ਤਾਂ ਉਹ ਵੀ ਇੱਥੋਂ ਮਾਲ ਆ ਕੇ ਲੈ ਸਕਦਾ ਜੀ। ਇੱਕ ਬੇਨਤੀ ਹੋਰ ਹੈ ਜੀ, ਜਿਹੜੀ ਐਂਪਾਂ ਦੇ ਉੱਤੇ ਕੋਇਲ ਲੱਗਦੀ ਹੈ, ਕੋਇਲ ਬਣਾਉਣ ਵਾਲੀ ਮਸ਼ੀਨ ਵੀ ਆ ਚੁੱਕੀ ਹੈ ਜੀ ਇੱਥੇ, ਆਪਾਂ ਨੂੰ ਬਾਹਰੋਂ ਕੋਇਲ ਲੈਣ ਦੀ ਕੋਈ ਲੋੜ ਨਹੀਂ, ਖਰਚਾ ਹੀ ਬਚਦਾ ਆਪਣਾ, ਅਤੇ ਕੋਇਲ ਦਾ ਜਿਹੜਾ ਮਹਿੰਗਾ ਖਰਚਾ ਉਹ ਵੀ ਬਚਦਾ ਹੈਗਾ, ਵਾਜਬ ਰੇਟ 'ਤੇ ਬਿਲਕੁਲ ਕੋਇਲ। ਪਹਿਲਾਂ ਕੋਇਲ ਦਾ ਰੇਟ ਪਤਾ ਕਰ ਲਓ ਜੀ ਬਾਹਰੋਂ, ਉਸ ਤੋਂ ਸਸਤੀ ਮਿਲੂਗੀ ਕੋਇਲ। ਜਿਸਨੇ ਥੋਕ ਰੇਟ 'ਤੇ ਕੋਇਲ ਲੈ ਕੇ ਜਾਣੀਆਂ ਨੇ ਜੀ ਉਹ ਲਿਜਾ ਸਕਦਾ ਹੈਗਾ।